तो आज सुबह एक वाकया इधर भी हुआ है, मैं बताता हूँ आपको। ये देखें, ये चोर अभी भी बैठा हुआ है। इसको पकड़ने के लिए मैंने आज कैमरा ऑन किया है कि ये मुकर ना सके। और ये बेसिकली ये बंदा यहाँ पे काम करता है, ये वाला जो जो चारा ऊपर रख रहा है रेडी के ऊपर, इसने जो है ना इस लड़के को साथ लगाया हुआ है कि मेरे साथ काम करो, मैं तुम्हें ना कुछ यहाँ से दूंगा चारा वगैरह, ये ले जाना। ये देखो जी, ये शक्ल है, ये देखिए जी कितना मासूम है। लेकिन ये आज यहाँ के बिल्कुल चोरी के मकसद से आया हुआ है, इसके अलावा इसका कोई और काम नहीं है। ये देखें, ये कितना ढीठ बंदा है, दोबारा से बैठ गया है। पहले लगा था कि ये शायद जाने लगा है, तो आज इसका पूरा, मैं पहले इसको एक बार मना करके जा चुका हूँ। ये देख लें जी, ये शक्ल है। ये देखिए, अभी भी शर्म नहीं है, बैठा डीट बन के। लेकिन अभी हम जिसके ये चारा है उससे बात करते हैं, पट्टे हैं जिसके, वो देख रहे ट्रैक्टर पे, वो साहब जो वहाँ पे ट्रैक्टर चला रहे हैं उनके ये सारा हिसाब किताब है, तो इसका भी करते हैं बात। हाँ जी, हाँ जी सर, की नाम है ज़रा? अली रजा। अली अली, सुबह क्या सी ना, मैं अली याद है क्या, क्यों ऊपर देखे ना मेरे ने ज़रा, अली अली क्या सी, फिर इन्हों तू क्यों नहीं भेजा? नहीं नहीं चाचू रा कल पूछा, चाचू रे थी। अच्छा चाचू रा की क्या सी? ਉਹਨਾਂ ਹੈ ਵਾੜ ਲਵੇ ਦੋ ਰੇੜੇ ਵਡਾਵੇ ਦਾ ਫਿਰ ਇਹਨੂੰ ਪੱਠੇ ਦੇਵਾਂ। ਅੱਛਾ, ਨਹੀਂ ਤਾਂ ਉਸ ਟਾਈਮ ਤਾਂ ਤੂੰ ਕਹਿ ਰਿਹਾ ਸੀ ਕਿ ਮੈਂ ਨਹੀਂ ਇਹਨੂੰ ਕਿਹਾ, ਇਹ ਜ਼ਬਰਦਸਤੀ ਨਹੀਂ ਮੈਂ ਕਿਹਾ। ਐ ਵੇਖੋ ਨਾ ਜ਼ਰਾ ਜੀ, ਇਹ ਮਾਸੂਮ ਸ਼ਕਲਾਂ ਨੇ ਜੀ, ਇਹਨਾਂ ਨੂੰ ਪਤਾ ਹੈ ਕਿ ਕੰਮ ਵੀ ਕਰਨਾ ਹੈ ਲੇਕਿਨ ਨਾਲ ਨਾਲ ਥੋੜੀ ਨਾ ਕਰਪਸ਼ਨ ਵੀ ਕਰਨੀ ਹੈ। ਐ ਕਿ ਦੇਖੋ 10 15 ਸਾਲ ਉਮਰ ਹੋਣੀ ਇਹਦੀ, ਲੇਕਿਨ ਕਰਪਸ਼ਨ ਇਹਨੂੰ ਪਤਾ ਹੈ ਕਿਵੇਂ ਕਰਨੀ ਹੈ। ਲੇਕਿਨ ਹੁਣ ਮੰਨ ਗਿਆ। ਅੱਛਾ ਤਾਂ ਸਵੇਰ ਤੋਂ ਮੈਨੂੰ ਦੱਸਿਆ ਹੀ ਨਹੀਂ ਯਾਰ, ਇਹ ਕਿਵੇਂ ਹੋ ਸਕਦਾ ਹੈ? ਸਵੇਰ ਦੱਸਿਆ ਥਾ ਨਹੀਂ ਯਾਰ, ਕੀ ਤੂੰ ਦੱਸਿਆ ਸੀ, ਇਹ ਗਲਤ ਗੱਲ ਹੈ। ਐ ਵੇਖੋ ਜੀ, ਉਹਨਾਂ ਨਦਾਮਤ ਨਾਲ ਵੇਖੋ ਨਾ ਜੀ, ਸਿਰ ਸੱਟੀ ਬੈਠਾ ਹੈ, ਸ਼ਰਮ ਆ ਰਹੀ ਸੂ ਲੇਕਿਨ ਫੀਲ ਨਹੀਂ ਕਰਦਾ ਪਿਆ। ਐ ਦੇਖੋ ਤੁਸੀਂ, ਕਿਉਂ ਵੀ ਸਦੀਕ, ਇਹ ਕਿਸੇ ਕੋਲ ਪੁੱਛੇ ਸਨ ਪੱਠੇ ਵੱਢਣ ਲੱਗਿਆ? ਕਿੰਦੇ ਕੋਲ ਪੁੱਛੇ ਸਨ? ਉੱਪਰ ਦੇਖੋ ਜ਼ਰਾ, ਇੱਧਰ ਇੱਧਰ ਕੈਮਰੇ ਵਾਲੇ। ਨਹੀਂ ਯਾਰ, ਇਨਸਾਨ ਬਣ ਜਾਓ, ਪਹਿਲੇ ਪੁੱਛਿਆ ਕਰੋ ਫਿਰ ਚੀਜ਼ ਲੈ ਕੇ ਗਿਆ ਕਰੋ। अच्छा ठीक है, हाँ जी, पट्ठे ले जाने नहीं, मैं तना ही नहीं, तो सुबह तो तू बगैर पूछे आया ना, जिले फर्स्ट टाइम पट्ठे बढ़दा पिया से, और ना मेनू वो मैं ना किसी नु दसदा, तू तो आज ले जाने सन पट्ठे। हां जी, मैं ना किसी नु दसदा, तू तो आज कारवाई पा देनी सी ना। नहीं नहीं कारवाई। अच्छा सदीक यार, वो अपने पिंड वाकया होया है जेड़ा बकरियां चोरियां दा। चाचा यार, साडियां ही बकरियां सन, दुआडियां सन। हां जी, ना कर, मैं दे अब्बू अम्मी और सारेयां नु वाकया ਦੇਈਏ। ਅੱਛਾ, ਠੀਕ ਨਾ 8-9 ਬੱਕਰੀਆਂ ਸਨ, ਉਹ ਰਾਤੀ ਚੋਰ ਆਏ ਨੇ ਸਾਰੀਆਂ ਬੱਕਰੀਆਂ ਛਾੜੇ ਲਗਾ। ਓਏ ਹੋਏ, ਜ਼ਾਲਮਾ ਬਹੁਤ ਹੈ। ਮੈਂ ਵੀ ਮੈਂ ਦੱਸਾਂ, ਤੇਰੀ ਸ਼ਕਲ ਕਿਉਂ ਅੱਜ ਜਿਹੜਾ ਰੋਣੀ ਰੋਣੀ ਲੱਗਦੀ ਹੈ ਯਾਰ? ਬੱਕਰੀਆਂ ਮੇਰੀਆਂ ਵਿਚਾਰੀਆਂ, ਕਹਿੰਦਾ ਸਨ 8-9। ਤੋ ਤੇਰਾ ਭਾਈ ਕਿੱਥੇ ਦੂਸਰਾ? ਉਹ ਦੂਸਰਾ ਮੇਰਾ ਭਾਈ ਹੁਣ ਘਰੀ ਹੈ, ਉਹ ਲੱਭਣ ਗਿਆ ਹੋਇਆ ਹੈ। ਹਾਂ ਯਾਰ, ਬਹੁਤ ਅਫਸੋਸ ਆਇਆ। ਸਾਰੀਆਂ ਵੱਡੀਆਂ ਬੱਕਰੀਆਂ ਸਨ ਕਿ ਛੋਟੀਆਂ ਵੀ ਸਨ? ਚਾਰ ਸੋਨ ਵਾਲੀਆਂ ਸਨ। ਅੱਛਾ, ਚਾਰ ਛੋਟੀਆਂ ਸਨ, ਠੀਕ ਹੈ। ਲੇਕਿਨ ਆ ਜਿਹੜਾ ਤੂੰ ਕਰ ਰਿਹਾ ਇਹ ਵੀ ਗਲਤ ਹੈ ਕਿ ਕਿਹੜਾ ਮੈਂ ਕੀਤਾ ਏ? ਐ ਹੁਣ ਜਿਹੜਾ ਤੂੰ ਪੱਠੇ ਅੱਜ ਚੋਰੀ ਇਹਦੇ ਕੋਲ ਲੈ ਕੇ ਜਾਂਦਾ ਸੀ ਇਹਦੇ ਕੋਲੋਂ, ਐ ਵੇਖ ਲਓ ਐ ਇਹਦੀ ਸਜ਼ਾ ਮਿਲੀ ਤੈਨੂੰ। ਦੱਸ ਯਾਰ, ਕਿੱਲੇ ਵਿੱਚ ਚੋਰੀ ਕੀਤੇ ਨੇ ਪੱਠੇ? ਇਹ ਬਗੈਰ ਪੁੱਛਿਆ ਆਇਆ ਸੀ ਕਿ ਨਹੀਂ? ਦੰਦ ਕੱਢ ਰਿਹਾ ਜੀ, ਪੂਰਾ ਦਾ ਨਾ ਜਾਂ ਤੈਨੂੰ ਅੰਦਰ ਜਾਵੇ ਬਾਹਰ, ਆ ਕੂੜ ਮਾਰੀ ਜਾਂਦਾ ਜੇ, ਇਹਨੂੰ ਇਹ ਸਜ਼ਾ ਦਿਓ। ਐ ਲੇਕਿਨ ਨਾ ਪੁੱਛ ਕੇ ਹਮੇਸ਼ਾ ਜਿਹੜਾ ਚੀਜ਼ ਲੈ ਕੇ ਜਾਣੀ ਚਾਹੀਦੀ, ਠੀਕ ਹੈ ਨਾ? ਆਈ ਆ ਹੁਣ ਤੂੰ ਮਿਹਨਤ ਕਰ ਰਿਹਾ ਨਾ, ਤੈਨੂੰ ਇਹਦਾ ਫਲ ਮਿਲੇਗਾ, ਤੇਰਾ ਜਿਹੜਾ ਸਾਗ ਤਾਂ ਬਣੇਗਾ। ਤੂੰ ਦੋ ਰੇੜੇ ਵਧਾਏ ਰਹਿਣਾ ਪੱਠੇ, ਹੁਣ ਤੈਨੂੰ ਇਹਦੀ ਮਿਹਨਤ ਦਾ ਫਲ ਮਿਲੇਗਾ, ਉਹ ਤੈਨੂੰ ਦੇਵਣਗੇ ਖੁਦ। ਲੇਕਿਨ ਚੋਰੀ ਕਦੇ ਵੀ ਨਹੀਂ ਕਰਨੀ, ਚੋਰੀ ਆਪਾਂ ਨਹੀਂ ਕਰਦੇ। ਹਾਂ, ਐਂਦਾ ਬਗੈਰ ਪੁੱਛੇ ਤੂੰ ਆ ਕੇ ਨਹੀਂ ਬਹਿਣਾ ਇੱਥੇ, ਠੀਕ ਹੈ? ਠੀਕ ਹੈ, ਲੇਕਿਨ ਤੈਨੂੰ ਸੁਧਰ ਜਾਣਾ ਚਾਹੀਦਾ। ਹੁਣ ਜਿਹੜੀ ਗੱਲ ਮੈਂ ਸਮਝਾਈ, ਸਮਝ ਆ ਗਈ ਹੈ ਨਾ? ਕੀ ਮੈਂ ਦੱਸਿਆ? ਠੀਕ ਹੈਗਾ, ਹਮੇਸ਼ਾ ਚਾਚੂਰਾਂ ਕੋਲੋਂ ਪੁੱਛ ਕੇ ਫਿਰ ਲੈ ਜਾਓ, ਕੋਈ ਮਸਲਾ ਨਹੀਂ ਹੈ। ਚਲੋ ਹੁਣ ਆਪਣਾ ਕੰਮ ਕਰੋ, ਜ਼ਿਆਦਾ ਟਾਈਮ ਨਹੀਂ ਜਿਹੜਾ ਜ਼ਾਇਆ ਕਰਨਾ। ਚਲੋ ਚਲੋ, ਕੋਈ ਗੱਲ ਨਹੀਂ, ਮਿਹਨਤ ਕਰਨ ਵਾਸਤੇ ਟਾਈਮ ਤਾਂ ਲਾਉਣਾ ਹੀ ਪੈਂਦਾ ਹੈ। ਓਕੇ ਜੀ, ਇਹ ਇਨਕਾ ਥੋੜ੍ਹਾ ਸਾ ਵਾਕਿਆ ਥਾ, ਆਪਕੋ ਤਫਸੀਲ ਸੇ ਬਤਾਤਾ ਹੂੰ। ਵੀਡੀਓ ਪਹਿਲੇ ਹੀ ਕਾਫੀ ਲੰਬੀ ਹੋ ਚੁੱਕੀ ਹੈ। ਸੁਬਹ ਇਹ ਬੱਚਾ ਆਇਆ ਬਗੈਰ ਪੁੱਛੇ, ਤੋ ਯਹਾਂ ਸੇ ਲੈ ਕੇ ਗਿਆ ਹੈ ਕੁਛ ਚਾਰਾ ਵਗੈਰਾ, मतलब अभी लेके नहीं गया था, इसने वो छोटा जो दूसरा लड़का है काम वाला उसके साथ इसने कुछ सेटिंग की है। सेटिंग कर ली ऐसे इसने कि इसने कहा है कि मैं तो भाई कुछ काम करवा दूंगा थोड़ा सा, तुम बदले में मुझे कुछ ये दे देना।
तो उसने वो मान गया वो भी बच्चा ही है, उसने चलो सही है मेरे साथ जो ना काम कर रहा है तो इसको दे दूंगा। लेकिन वो अभी जो चाचू थे उनको पता नहीं था, तो चाचू फिर जब मैंने उन्हें बताया कि यार ये सीन है, वो वहाँ पे ना चारा लेके जा रहा है, ये काट रहे जो भी है, वो फिर आया उन्होंने से कहा कि ये क्या मसला है, तो उसने कहा जी मैं हेल्प करा रहा हूँ और जब इसका काम बुरा हो जाएगा तो मुझे बदले में कुछ दे देना। तो चाचू ने कहा चले ये फिर ठीक है, उसकी हेल्प कर दो और बदले में उससे जो ना कुछ ले लेना। तो ये बेसिकली सारी स्टोरी थी। और हमारी वीडियो को लाइक शेयर और कमेंट ज़रूर करें और सपोर्ट करें यार, जो जो लोग भी हमारी वीडियो को देखते हैं वो काइंडली हमारे चैनल को लाइक सब्सक्राइब और शेयर ज़रूर करें यार, थोड़ी सी आपकी सपोर्ट से जो ना हमारा काम बन सकता है, तो लाजमी हमें सपोर्ट करें। और अगली वीडियो तक अल्लाह हाफिज़।